ਪੰਜਾਬ ਦੀਆਂ ਜੇਲ੍ਹਾਂ 'ਚ ਹੁਣ ਨਹੀਂ ਰੱਖੇਗੀ NCB। ਦੱਸ ਦਈਏ ਕਿ ਡਰੱਗ ਕੇਸ ਦੇ ਵਿੱਚ ਗ੍ਰਿਫਤਾਰ ਮੁਲਜ਼ਮਾਂ ਨੂੰ ਪੰਜਾਬ 'ਚ ਰਹਿੰਦੇ ਨੇ ਤਸਕਰ, ਇਹ ਕਹਿਣਾ ਹੈ NCB ਦਾ। ਦੱਸ ਦਈਏ ਕਿ ਜੇਲ੍ਹਾਂ ਤੋਂ ਚੱਲ ਰਹੇ ਮਾਫੀਆ ਦੇ ਨੈਕਸਸ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜੇਕਰ ਇਹ ਨੈਕਸਸ ਨੂੰ ਤੋੜਨ ਲਈ NCB ਦੇ ਵੱਲੋਂ ਇਹ ਪਲੈਨਿੰਗ ਕੀਤੀ ਗਈ ਹੈ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਡਰੱਗ ਕੇਸ 'ਚ ਗ੍ਰਿਫਤਾਰ ਮੁਲਜ਼ਮਾਂ ਨੂੰ ਹੁਣ ਨਹੀਂ ਰੱਖਿਆ ਜਾਵੇਗਾ, ਪੰਜਾਬ ਤੋਂ ਬਾਹਰ ਹੋਰ ਸੂਬਿਆਂ 'ਚ ਰੱਖਿਆ ਜਾਵੇਗਾ। ਕਿਉਂਕਿ ਜੇਕਰ ਪੰਜਾਬ ਦੀਆਂ ਜੇਲ੍ਹਾਂ 'ਚ ਡਰੱਗ ਤਸਕਰ ਬੰਦ ਰਹਿੰਦੇ ਨੇ ਤਾਂ ਇਹਨਾਂ ਦਾ ਕਨੈਕਸ਼ਨ ਪਾਕਿਸਤਾਨ ਦੇ ਨਾਲ ਰਹਿੰਦਾ ਹੈ ਅਤੇ ਜੇਲ੍ਹਾਂ ਤੋਂ ਹੀ ਡਰੱਗ ਮਾਫੀਆ ਚੱਲ ਰਿਹਾ ਹੈ ਅਤੇ ਇਸ ਨੈਕਸਸ ਨੂੰ ਤੋੜਨ ਦੇ ਲਈ ਇਹ ਪਲੈਨਿੰਗ ਕੀਤੀ ਗਈ ਹੈ। ਤਾਂ ਵੱਡੀ ਖਬਰ ਹੈ NCB ਦੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ। ਤਾਂ ਦਰਅਸਲ ਇਹ ਜਿਹੜਾ ਇਹ NCB ਦੀ ਜੋ ਵੱਡੀ ਪਲੈਨਿੰਗ ਹੈ, ਕਿਉਂਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਵੱਡੇ ਪੱਧਰ 'ਤੇ ਡਰੱਗ ਤਸਕਰ ਜਿਹੜੇ ਨੇ ਉਹ ਬੰਦ ਨੇ ਅਤੇ ਪੰਜਾਬ ਦੀਆਂ ਜੇਲ੍ਹਾਂ 'ਚ ਜਿਹੜਾ ਡਰੱਗ ਮਾਫੀਆ ਦਾ ਨੈਕਸਸ ਹੈ ਉਹ ਤੋੜਨ ਦੇ ਲਈ NCB ਦੇ ਵੱਲੋਂ ਇਹ ਵੱਡੀ ਪਲੈਨਿੰਗ ਕੀਤੀ ਗਈ ਹੈ। ਦਰਅਸਲ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੇ ਡਰੱਗ ਤਸਕਰ ਰਹਿ ਰਹੇ ਨੇ, ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਰੱਖਿਆ ਗਿਆ ਹੈ, ਜਿਹੜੇ ਸਲਾਖਾਂ ਪਿੱਛੇ ਨੇ, ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਨਹੀਂ ਰੱਖਿਆ ਜਾਵੇਗਾ। ਕਿਉਂਕਿ ਤਰਕ ਇਸ ਦੇ ਪਿੱਛੇ ਇਹ ਹੈ ਕਿ ਜਿਹੜੇ ਗ੍ਰਿਫਤਾਰ ਮੁਲਜ਼ਮ ਨੇ ਉਹਨਾਂ ਨੂੰ ਪੰਜਾਬ ਤੋਂ ਬਾਹਰ ਹੋਰ ਸੂਬਿਆਂ ਦੀਆਂ ਜੇਲ੍ਹਾਂ ਦੇ ਵਿੱਚ ਰੱਖਿਆ ਜਾਏਗਾ, ਕਿਉਂਕਿ ਇੱਥੇ ਰਹਿਣ ਦੇ ਨਾਲ ਜਿਹੜੇ ਡਰੱਗ ਤਸਕਰ ਨੇ ਇਹਨਾਂ ਦੇ ਪਾਕਿਸਤਾਨ ਦੇ ਨਾਲ ਕਨੈਕਸ਼ਨ ਰਹਿੰਦੇ ਨੇ। ਇਸੇ ਖਬਰ 'ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ OP ਤਿਵਾੜੀ ਫੋਨ ਲਾਈਨ 'ਤੇ ਮੌਜੂਦ ਨੇ। OP ਤਿਵਾੜੀ, ਕੀ ਅਪਡੇਟ, ਕਿਸ ਢੰਗ ਦੇ ਨਾਲ NCB ਦੇ ਵੱਲੋਂ ਇਹ ਪਲੈਨਿੰਗ ਕੀਤੀ ਗਈ ਹੈ ਕਿ ਜਿਹੜੇ ਡਰੱਗ ਤਸਕਰ ਨੇ ਹੁਣ ਪੰਜਾਬ ਤੋਂ ਬਾਹਰਲੀਆਂ ਜੇਲ੍ਹਾਂ ਵਿੱਚ ਰੱਖੇ ਜਾਣਗੇ? ਬਿਲਕੁਲ, ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇੱਕ ਨਯਾ ਆਪਰੇਸ਼ਨ ਲਾਂਚ ਕੀਆ ਹੈ। ਇਸ ਨਏ ਆਪਰੇਸ਼ਨ ਕੇ ਤਹਿਤ ਪੰਜਾਬ ਕੇ ਜੋ ਡਰੱਗ ਮਾਫੀਆ ਹੈ ਜਿਨਕੇ ਕਨੈਕਸ਼ਨ ਪਾਕਿਸਤਾਨ ਸੇ ਹੈ ਔਰ ਉਨਕੋ ਅਬ ਪੰਜਾਬ ਕੀ ਜੇਲੋ ਕੀ ਬਜਾਏ ਉਹਨੇ ਉੱਤਰ ਪੂਰਬ ਔਰ ਅਨਯ ਰਾਜਿਓ ਕੀ ਜੇਲੋ ਮੇ ਰੱਖਣੇ ਕਾ ਫੈਸਲਾ ਕੀਆ ਹੈ। ਇਸਕੇ ਤਹਿਤ ਆਪ ਬਲਵਿੰਦਰ ਸਿੰਘ ਉਰਫ ਬਿੱਲਾ ਕੋ ਗ੍ਰਿਫਤਾਰ ਕੀਆ ਗਿਆ ਹੈ ਔਰ ਇਸ ਪਹਿਲੇ ਸ਼ਖਸ ਕੋ ਯੇ ਪਹਿਲਾ ਸ਼ਖਸ ਹੈ ਇਸ ਆਪਰੇਸ਼ਨ ਕੇ ਤਹਿਤ ਜਿਸੇ ਗ੍ਰਿਫਤਾਰ ਕਰਕੇ ਉੱਤਰ ਪੂਰਬ ਕੀ ਜੇਲ ਮੇ ਭੇਜਾ ਜਾ ਰਹਾ ਹੈ। ਹਮ ਆਪਕੋ ਯੇ ਵੀ ਬਤਾ ਦੇ ਕਿ ਇਸ ਸ਼ਖਸ ਕੇ ਖਿਲਾਫ ਪੰਜਾਬ ਮੇ ਲਗਭਗ ਦਰਜਨੋ ਮੁਕਦਮੇ ਦਰਜ ਹੈ। ਇਸਕਾ ਪੂਰਾ ਪਰਿਵਾਰ ਡਰੱਗ ਕੇ ਕੇਸ ਮੇ ਲਗਾ ਹੁਆ ਹੈ। ਇਸਕੇ ਪਿਤਾ ਸਾਲ 1992 ਮੇ DRI ਔਰ ਅਨਯ ਸੁਰੱਖਿਆ ਏਜੰਸੀ ਦੁਆਰਾ ਗ੍ਰਿਫਤਾਰ ਕੀਏ ਗਏ ਥੇ ਤਬ ਉਨਕੇ ਪਾਸ ਸੇ ਲਾਖੋਂ ਰੁਪਏ ਕੇ ਸੋਨੇ ਕੇ ਬਿਸਕੁਟ ਬਰਾਮਦ ਹੋਏ ਥੇ। ਲੇਕਿਨ ਯੇ ਤਮਾਮ ਤਸਕਰ ਪੰਜਾਬ ਕੀ ਜੇਲੋ ਮੇ ਜ਼ਿਆਦਾ ਰਹਿਣਾ ਪਸੰਦ ਕਰਤੇ ਹੈ, ਕਿਉਂਕਿ ਜੇਲ ਕੇ ਅੰਦਰ ਸੇ ਰਹਿ ਕਰ ਇਨਕਾ ਨੈਟਵਰਕ ਬੇਰੋਕ ਟੋਕ ਚਲਤਾ ਰਹਤਾ ਹੈ ਔਰ ਆਪਣੇ ਪਾਕਿਸਤਾਨੀ ਆਕਾਓਂ ਕੇ ਸੰਪਰਕ ਮੇ ਵੀ ਰਹਤੇ ਹੈ। ਲਿਹਾਜ਼ਾ ਇਸ ਨੈਟਵਰਕ ਕੋ ਤੋੜਨੇ ਕੇ ਲੀਏ ਅਬ ਨਾਰਕੋਟਿਕ ਕੰਟਰੋਲ ਬਿਊਰੋ ਨੇ ਯੇ ਪਹਿਲ ਕੀ ਹੈ ਔਰ ਇਸਕੇ ਤਹਿਤ ਜੋ ਵੀ ਸ਼ਖਸ ਗ੍ਰਿਫਤਾਰ ਹੋਗਾ ਉਸੇ ਉੱਤਰ ਪੂਰਬ ਤਥਾ ਅਨਯ ਪ੍ਰਦੇਸ਼ੋ ਕੀ ਜੇਲੋ ਮੇ ਭੇਜਾ ਜਾਏਗਾ। ਜੀ ਬਿਲਕੁਲ, ਜੋ ਨਾਰਕੋਟਿਕਸ ਕੰਟਰੋਲ ਬਿਊਰੋ ਕੋ ਜੋ ਇਸਕੇ ਪਿੱਛੇ ਤਰਕ ਹੈ ਵੋ ਕਿਆ ਹੈ? ਅਗਰ ਪੰਜਾਬ ਮੇ ਕੀ ਜੇਲੋ ਮੇ ਰਹਤੇ ਹੈ ਜੇ ਡਰੱਗ ਤਸਕਰ ਤੋ ਉਸਸੇ ਕਿਆ ਨੁਕਸਾਨ? ਨਾਰਕੋਟਿਕਸ ਕੰਟਰੋਲ ਬਿਊਰੋ ਕਾ ਤਰਕ ਹੈ, ਉਨ੍ਹੋਂਨੇ ਜੋ ਇੱਕ ਵਿਵੇਚਨਾ ਕੀ ਹੈ ਉਸਕੇ ਮੁਤਾਬਿਕ ਜੋ ਪੰਜਾਬ ਕੀ ਜੇਲੋ ਮੇ ਰਹਿਨੇ ਵਾਲੇ ਯੇ ਡਰੱਗ ਤਸਕਰ ਹੈ ਯੇ ਜੇਲ ਕੇ ਅੰਦਰ ਰਹਿਨੇ ਕੇ ਬਾਵਜੂਦ ਆਪਣਾ ਸਿੰਡੀਕੇਟ ਬੇਰੋਕ ਟੋਕ ਚਲਾਤੇ ਰਹਤੇ ਹੈ, ਇਨਕੇ ਕਨੈਕਸ਼ਨ ਆਪਣੇ ਗੈਂਗ ਸੇ ਔਰ ਪਾਕਿਸਤਾਨ ਮੇ ਬੈਠੇ ਆਪਣੇ ਅਕਾਊਂਟ ਸੇ ਲਗਾਤਾਰ ਬਨੇ ਹੋਤੇ ਹੈ। ਯਾਨੀ ਕਿ ਇਹ ਜੇਲ ਮੇ ਰਹਿ ਕੇ ਵੀ ਆਪਣਾ ਧੰਦਾ ਪੂਰੀ ਤਰ੍ਹਾਂ ਸੇ ਚਲਾਤੇ ਹੈ। ਦੂਸਰੀ ਬਾਤ, ਇਸ ਬਾਤ ਕਾ ਵੀ ਸ਼ੱਕ ਹੈ ਕਿ ਇਨ ਲੋਗੋ ਕੋ ਜੇਲ ਮੇ ਪੂਰੀ ਤਰ੍ਹਾਂ ਸੇ ਸੁਵਿਧਾਏ ਮਿਲਤੀ ਹੈ, ਜਿਸ ਮੇ ਫੋਨ ਆਦਿ ਕੀ ਸੁਵਿਧਾ ਉਪਲਬਧ ਹੈ, ਜਿਸ ਕੇ ਕਾਰਨ ਇਨਕਾ ਕਨੈਕਸ਼ਨ ਨਾ ਤੋ ਆਪਣੇ ਗੈਂਗ ਸੇ ਟੂਟਤਾ ਹੈ ਔਰ ਨਾ ਹੀ ਪਾਕਿਸਤਾਨੀ ਸਿਸਟਮ ਪਰ ਕੋ। ਯਹੀ ਕਾਰਨ ਹੈ ਕਿ ਨੇ ਪੰਜਾਬ ਕੀ ਜੇਲੋ ਸੇ ਬਾਹਰ ਰੱਖਣੇ ਕਾ ਨਿਰਣੈ ਕੀਆ ਗਿਆ ਹੈ। ਜੀ OP ਤਿਵਾੜੀ, ਇਸ ਸੇ ਮਾਨਾ ਜਾਏ ਕਿ ਪੰਜਾਬ ਕੀ ਜੇਲੋ ਪਰ ਵੀ ਇਹ ਸਵਾਲ ਉੱਠ ਰਿਹਾ ਹੈ ਕਿ ਪੰਜਾਬ ਕੀ ਜੇਲੋ ਮੇ ਉਨਕੋ ਸੁਵਿਧਾਏ ਮਿਲ ਰਹੀ ਹੈ, ਜੋ ਡਰੱਗ ਤਸਕਰ ਹੈ ਉਨਕਾ ਮਾਫੀਆ ਵਹੀਂ ਸੇ ਚੱਲ ਰਿਹਾ ਹੈ, ਜੇ ਨੈਕਸਸ ਨਹੀਂ ਟੂਟ ਰਹਾ ਅਭੀ ਵੀ? ਬਿਲਕੁਲ,
ये केंद्रीय जांच एजेंसियों का मानना है कि पंजाब की जेलों में इसके पहले भी बड़े पैमाने पर फोन बरामद हुए हैं। इसके पहले भी जो चाहे वो कत्ल की वारदात हो, बड़ी वारदात हो, बम विस्फोट की वारदात हो या फिर ड्रग बरामदगी, बड़े ड्रग बरामदगी की बात हो, उनके कनेक्शन कहीं ना कहीं पंजाब की जेलों से जुड़ ही जाते हैं। लिहाजा ये माना जा रहा है कि पंजाब की जेलों में इन माफियाओं ने अपना पूरा राज कायम कर रखा है और उस राज के चलते ये लोग पंजाब की जेलों से बाहर नहीं जाना चाहते। यही कारण है कि जब इन्हें पंजाब की जेलों से बाहर रखा जाता है तो ये विरोध करते हैं, पंजाब में जगह जगह धरने प्रदर्शन कराते हैं जिससे इन्हें पंजाब की जेलों में वापस लाया जाए। लेकिन अब नारकोटिक्स कंट्रोल ब्यूरो ने साफ कर दिया है कि इस ऑपरेशन के तहत जो लोग भी गिरफ्तार होंगे उन्हें पंजाब से बाहर की जेलों में रखा जाएगा। तो क्या माना जाए, कब से ये एक्शन शुरू हो जाएगा? ये इस एक्शन के तहत आज पहला शख्स बलविंदर सिंह बिल्ला को गिरफ्तार किया गया है। मैं आपको बता दूं कि उसके खिलाफ पंजाब में दर्जनों केस रजिस्टर्ड हैं, लेकिन इसके बावजूद ना तो उसके सिंडिकेट पे लगाम लगी और ना बिल्ला पे लगाम लगी। बिल्ला का पूरा खानदान, उसके परिवार के ज्यादातर लोग इस ड्रग के धंधे में संलिप्त हैं, लेकिन उसका ड्रग का धंधा कहीं भी जो एडमिनिस्ट्रेशन तोड़ ही नहीं पाया और लगातार उसका ड्रग का धंधा फलता फूलता गया। यही कारण है आज इस ऑपरेशन के तहत पहला सिख बलविंदर सिंह है जिसे इस मामले में गिरफ्तार किया गया है और उसे उत्तर पूर्व की जेल भेजा गया है। जी बहुत धन्यवाद ओपी तिवाड़ी इस पूरी जानकारी के लिए। तो दस दिए कि वड्डी खबर है, पंजाब दियां जेलां दे विच बहुत सारे जिहड़े ड्रग तस्कर ने वो बंद ने, पर हुण पंजाब दियां जेलां दे विच उन्हां नूं शिफ्ट करके होर स्टेट्स दियां जेलां दे विच भेजा जाएगा। सीधा सीधा पंजाब दियां जेलां ते भी सवाल उठ रहा है कि पंजाब दियां जेलां दे विचों इह नैक्सस जिहड़ा इह चल रहा है ते नैक्सस टुट नहीं रहा, क्योंकि लगातार मोबाइल्स का मिलना ते लगातार जिहड़े ड्रग तस्कर ने उन्हां दे वल्लों ड्रग तस्करी करते रहना, बाहर भी जेल दे विचों अंदर बैठ के ऑपरेट करना, पंजाब दियां जेलां दे विच जिहड़ा ड्रग माफिया चल रहा उस नैक्सस नूं तोड़न दे लई जो नारकोटिक्स कंट्रोल ब्यूरो है उसके वल्लों इह वड्डी प्लानिंग की गई है कि जिहड़े ड्रग तस्कर फड़े जाणगे उन्हां नूं पंजाब दियां जेलां दे विच हुण नहीं रखा जाएगा। पंजाब तो बाहर जिहड़ियां स्टेट्स ने, पंजाब तो बाहरले सूबे ने, उत्थों दियां जेलां दे विच रखा जाएगा, क्योंकि NCB दे मुताबक जिहड़े पंजाब दियां जेलां दे विच ड्रग तस्कर ने उन्हां दे पाकिस्तान दे नाल कनैक्शन रहिंदे ने, पाकिस्तान दे नाल कनैक्शन च रहिंदे ने ते बहुता जिहड़ी ड्रग तस्करी है क्योंकि उह पाकिस्तान वाले पासे ही हुंदी है, चाहे उह चिट्टे दी गल है, हैरोइन दी गल है, हर रोज़ बॉर्डर तो वड्डे पद्धर ते ड्रोन दे राही होर साधना दे राही इह ड्रग तस्करी हुंदी है। ਤਾਂ ਇਸੇ ਖਬਰ 'ਤੇ ਸਾਡੇ ਨਾਲ RP ਸਿੰਘ ਜੁੜੇ ਨੇ, BJP ਆਗੂ ਨੇ, ਜਿਸ ਢੰਗ ਦੇ ਨਾਲ NCB ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਜਿਹੜੀਆਂ ਨੇ ਉੱਥੋਂ ਡਰੱਗ ਨੈਕਸਸ ਚੱਲਦਾ ਹੈ ਅਤੇ ਜੇਕਰ ਉਸ ਨੂੰ ਤੋੜਨਾ ਹੈ ਤਾਂ ਜਿਹੜੇ ਡਰੱਗ ਤਸਕਰ ਨੇ ਉਹਨਾਂ ਨੂੰ ਹੋਰ ਸਟੇਟਾਂ ਵਿੱਚ ਭੇਜਿਆ ਜਾਵੇਗਾ। RP ਸਿੰਘ ਜੀ, ਕਿਆ ਪ੍ਰਤੀਕਰਮ ਤੁਹਾਡਾ ਇਸ 'ਤੇ? ਪਹਿਲਾਂ ਪੰਜਾਬ ਦੀ ਜੇਲ੍ਹਾਂ ਤੋਂ ਲੋਕਾਂ ਦੇ ਇੰਟਰਵਿਊ ਹੁੰਦੇ ਨੇ ਜੀ, ਲਾਈਵ ਇੰਟਰਵਿਊ ਕਰਦੇ ਨੇ ਪੰਜਾਬ ਦੀ ਜੇਲ੍ਹਾਂ ਤੋਂ, ਅਤੇ ਪੰਜਾਬ ਦੀ ਜੇਲ੍ਹਾਂ ਦੀ ਜੋ ਹਾਲਤ ਸਭ ਨੂੰ ਪਤਾ ਕਿ ਕਿੱਦਾਂ ਉੱਥੇ ਜਿਹੜੇ ਤਸਕਰ ਨੇ ਰਹਿ ਗਏ ਨਾ, ਤਸਕਰ ਮਿਲੇ ਹੋਏ ਨੇ ਸਾਰੇ ਔਰ ਕਿੱਦਾਂ ਉੱਥੇ ਉਹ ਅੱਗੇ ਪਾਕਿਸਤਾਨ ਨਾਲ ਕਨੈਕਸ਼ਨ ਹੁੰਦਾ ਉਹਨਾਂ ਦਾ, ਕਿੱਦਾਂ ਉਹ ਪ੍ਰਵਾਸੀ ਬਾਰਡਰ ਕਨੈਕਸ਼ਨ ਕਰਕੇ ਉੱਥੋਂ ਡਰੋਨ ਦੇ ਥਰੂ ਤਸਕਰੀ ਕਰਦੇ ਨੇ ਨਸ਼ੇ ਦੀ ਅਤੇ ਹਥਿਆਰਾਂ ਦੀ। ਇਸ ਕਰਕੇ ਇਹ ਪੂਰਾ ਕਾਟਲ ਤੋੜਨਾ ਜ਼ਰੂਰੀ ਹੈ ਕਿ ਜਿਹੜੇ ਲੋਕ ਫੜੇ ਜਾਣ ਉਹਨੂੰ ਦੇਸ਼ ਭਰ ਦੀ ਅਲੱਗ ਅਲੱਗ ਜੇਲ੍ਹਾਂ 'ਚ ਭੇਜਿਆ ਤਾਂ ਕਿ ਆਪਸ ਵਿੱਚ ਕਨੈਕਸ਼ਨ ਨਾ ਬਣ ਪਾਇਆ ਇਹਨਾਂ ਦਾ ਕੋਈ। RP ਸਿੰਘ ਜੀ, ਕੀ ਲੱਗਦਾ ਕਿ ਇਸ ਨਾਲ ਨੈਕਸਸ ਟੁੱਟੇਗਾ ਜੇ ਦੂਜੀਆਂ ਸਟੇਟਸ ਦੇ ਵਿੱਚ ਜਾਣਗੇ ਜਿਹੜੇ ਇਹ ਡਰੱਗ ਤਸਕਰ ਨੇ ਜਿਹੜੇ ਹੁਣ ਇਲਜ਼ਾਮ ਲੱਗ ਰਹੇ ਨੇ ਕਿ ਜੇਲ੍ਹਾਂ ਦੇ ਵਿੱਚੋਂ ਵੀ ਆਪਰੇਟ ਕਰ ਰਹੇ ਨੇ, ਕਿ ਜੇ ਹੋਰ ਸਟੇਟਸ ਜਾਣਗੇ ਤਾਂ ਇਹ ਨੈਕਸਸ ਟੁੱਟੇਗਾ? ਕੀ ਲੱਗਦਾ ਤੁਹਾਨੂੰ? ਫਰਕ ਪਏਗਾ ਨਾ ਜੀ, ਕਿਉਂਕਿ ਜਦ ਉਹਨੂੰ ਉੱਥੇ ਦੀ ਭਾਸ਼ਾ ਨਹੀਂ ਆਉਂਦੀ, ਉੱਥੇ ਬੰਦੇ ਨਾਲ ਮੁਲਾਕਾਤ ਨਹੀਂ ਹੋ ਸਕਦੀ, ਉੱਥੇ ਗੱਲਬਾਤ ਅਲੱਗ ਢੰਗ ਨਾਲ ਹੁੰਦੀ ਹੈ, ਅਤੇ ਉਹ ਫਰਕ ਪਏਗਾ ਹੀ ਪਏਗਾ ਜੀ, ਕਿਉਂਕਿ
ਅਗਰ ਕੋਈ ਪੰਜਾਬ ਦਾ ਆਦਮੀ ਜਾ ਕੇ ਆਸਾਮ ਵਿੱਚ ਜੇਲ੍ਹ ਵਿੱਚ ਜਾਏਗਾ ਜਾਂ ਮਿਜ਼ੋਰਾਮ ਦੀ ਕਿਸੇ ਜੇਲ੍ਹ ਵਿੱਚ ਜਾਏਗਾ ਜਾਂ ਉੜੀਸਾ ਦਾ ਕਿਸੇ ਜੇਲ੍ਹ ਵਿੱਚ ਜਾਏਗਾ ਤੇ ਓਬਵੀਅਸਲੀ ਉਹ ਨੈਕਸਸ ਟੁੱਟੇਗਾ, ਉਹਦੀ ਉਹਦਾ ਪ੍ਰੋਸੈਸ ਟੁੱਟੇਗਾ ਕਿਉਂਕਿ ਪੰਜਾਬ ਦੀਆਂ ਜੇਲ੍ਹਾਂ ਵੀ ਹਾਈ ਸਿਕਿਉਰਿਟੀ ਜੇਲ੍ਹਾਂ ਨੇ ਤੇ ਇੱਥੇ ਵੀ ਜੈਮਰਸ ਜਿਹੜੀ ਆ ਪੰਜਾਬ ਸਰਕਾਰ ਵਾਰ ਵਾਰ ਕਹਿੰਦੀ ਹੈ ਕਿ ਲੱਗੇ ਹੋਏ ਨੇ। ਸਾਡਾ ਕੋਈ ਵੀ ਪੰਜਾਬ ਦੀ ਜੇਲ੍ਹ ਜਿਹੜੀ ਆ ਉਹ ਅਤਿ ਸੁਰੱਖਿਅਤ ਹੈ, ਇਸ ਤਰ੍ਹਾਂ ਕੋਈ ਵੀ ਜਿਹੜਾ ਮੁਲਜ਼ਮ ਹੈ ਚਾਹੇ ਉਹ ਡਰੱਗ ਤਸਕਰ ਹੈ ਇਸ ਤਰ੍ਹਾਂ ਜੇਲ੍ਹ ਦੇ ਵਿੱਚੋਂ ਕੁਝ ਨਹੀਂ ਕਰ ਸਕਦਾ। ਕਹਿ ਰਹੇ ਅੱਗੇ ਇੰਟਰਵਿਊ ਹੋਇਆ ਜੇਲ੍ਹ ਪੰਜਾਬ ਜੇਲ੍ਹ ਤੋਂ ਜੀ, ਉਹ ਤਾਂ ਚਲੋ ਸਾਹਮਣੇ ਆ ਗਿਆ ਕਿ ਸੀ ਆਈ ਏ ਸਟਾਫ ਤੋਂ ਹੋਇਆ ਆਰਪੀ ਸਿੰਘ ਜੀ, ਤੇ ਰਾਜਸਥਾਨ ਦੀ ਜੇਲ੍ਹ ਤੋਂ ਹੋਇਆ, ਨਾਲ ਇਹ ਵੀ ਉਸ ਦੇ ਵਿੱਚ ਸਾਹਮਣੇ ਆ। ਨਾ 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 ਉਹ ਜੋ ਮਰਜ਼ੀ ਘੁਮਾਉਂਦੇ ਹਨ, ਪਰਫੈਕਟ ਹੈਗਾ ਪੰਜਾਬ ਦੀ ਜੇਲ੍ਹ ਪੁਲਿਸ ਹੈ। ਅੱਛਾ, ਦੂਜੀ ਗੱਲ, ਉਹਨਾਂ ਨੂੰ ਕੀ ਦਿੱਕਤ ਸੀ ਪੰਜਾਬ ਵਾਲੇ ਨੂੰ, ਅਗਰ ਉੱਥੋਂ ਲਿਜਾ ਕੇ ਕਿਸੇ ਹੋਰ ਜੇਲ੍ਹ ਵਿੱਚ ਮੁਕਦਮਾ ਚੱਲੇਗਾ ਉਹਦੇ ਖਿਲਾਫ਼, ਕਿਸੇ ਹੋਰ ਜੇਲ੍ਹ ਵਿੱਚ ਰੱਖਿਆ ਤਾਂ ਕੀ ਦਿੱਕਤ ਹੈ ਉਹਨੂੰ? ਇਸ ਕਰਕੇ ਰੱਖਣਾ ਨਾ ਤਾਂ ਕਿ ਇੱਥੇ ਜਿਹੜੇ ਜੇਲ੍ਹ ਵਿੱਚ ਬਾਕੀ ਲੋਕੀ ਨੇ ਉਹਨਾਂ ਨਾਲ ਮੁਲਾਕਾਤ ਕਰਕੇ ਕਿਸੇ ਕੁਨੈਕਸ਼ਨ ਕਰਕੇ ਦਿੱਕਤ ਨਾ ਆਏ। ਨਹੀਂ, ਡਰੱਗ ਮਾਫੀਆ ਦਾ ਜਿਹੜਾ ਕੰਮ ਹੈ ਉਹ ਤੇ ਅਸਰ ਪਏਗਾ ਨਾ, ਤਸਕਰੀ ਤੇ ਅਕਰੋਸ ਦੀ ਬਾਰਡਰ ਹੋ ਹੀ ਰਹੀ ਹੈ। ਜਿਹੜਾ ਮਾਫੀਆ ਦਾ ਕੰਮ ਹੈ ਉਹ ਰੁਕੇ, ਜਿਹੜਾ 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 ਮਾਫੀਆ ਜਿਹੜੇ ਬੈਠੇ ਨੇ ਆਪਸ ਵਿੱਚ ਭਾਈਚਾਰੇ ਕਰਕੇ ਉਹਨਾਂ ਦੇ ਆਪਸ ਵਿੱਚ ਜਿਹੜਾ ਭਾਈਵਾਲੀ ਕਰਦੇ ਨੇ, ਪੰਜਾਬ ਦਾ ਬੰਦਾ ਜਾ ਕੇ ਅਗਰ ਉੜੀਸਾ ਜਾ ਕੇ ਬਿਠਾਤਾ ਜਾਏਗਾ ਜਾਂ ਆਸਾਮ ਡਿਬਰੂਗੜ੍ਹ ਬਿਠਾਤਾ ਜਾਏਗਾ ਜਾਂ ਕਿਸੇ ਹੋਰ ਜੇਲ੍ਹ ਜਾ ਕੇ ਉਹਨੂੰ ਰੱਖਤਾ ਜਾਏਗਾ, ਮੱਧ ਪ੍ਰਦੇਸ਼ ਬਸਤਰ ਵਿੱਚ ਕਿਸੇ ਛੱਤੀਸਗੜ੍ਹ ਬਸਤਰ ਵਿੱਚ ਰੱਖਤਾ ਜਾਏਗਾ ਜਾਂ ਮੱਧ ਪ੍ਰਦੇਸ਼ ਕਿਸੇ ਜੇਲ੍ਹ ਰੱਖਿਆ ਜਾਏਗਾ ਅਲੱਗ, ਤੇ ਉਹਦਾ ਫਰਕ ਪਏਗਾ ਕਿਉਂਕਿ ਉਹਦਾ ਨੈਟਵਰਕ ਉੱਥੇ ਕੰਮ ਨਹੀਂ ਕਰੇਗਾ। ਇੱਥੇ ਤੇ ਆਲਰੇਡੀ ਉਹਦਾ ਨੈਟਵਰਕ ਬਾਹਰ ਵੀ ਹੈ ਤੇ ਅੰਦਰ ਵੀ, ਉਹੀ ਲੋਕੀ ਬਾਹਰ ਨੇ ਉਹੀ ਲੋਕੀ ਅੰਦਰ ਨੇ। ਬਿਲਕੁਲ, ਤਾਂ ਬਹੁਤ ਧੰਨਵਾਦ ਆਰਪੀ ਸਿੰਘ, ਬੀਜੇਪੀ ਦੇ ਸੀਨੀਅਰ ਆਗੂ ਸਾਡੇ ਨਾਲ ਗੱਲਬਾਤ ਕਰ ਰਹੇ ਸੀ, ਜਿਨ੍ਹਾਂ ਨੇ ਕਿਹਾ ਕਿ ਬਿਲਕੁਲ ਇਸ ਦੇ ਨਾਲ ਨੈਕਸਸ ਟੁੱਟੇਗਾ ਕਿਉਂਕਿ ਜਿਹੜੇ ਇੱਥੇ ਡਰੱਗ ਤਸਕਰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਨੇ ਉਹ ਈਜ਼ੀਲੀ ਓਪਰੇਟ ਕਰ ਲੈਂਦੇ ਨੇ ਕਿਉਂਕਿ ਇੱਥੇ ਉਹਨਾਂ ਦੇ ਸਾਥੀ ਬੰਦ ਹੁੰਦੇ ਨੇ ਜਾਂ ਉਹਨਾਂ ਦਾ ਰਾਬਤਾ ਹੋ ਜਾਂਦਾ, ਮੁਲਾਕਾਤਾਂ ਹੋ ਜਾਂਦੀਆਂ ਨੇ, ਮੋਬਾਈਲ ਪਹੁੰਚ ਜਾਂਦੇ ਨੇ, ਪਾਕਿਸਤਾਨ ਦੇ ਨਾਲ ਕਨੈਕਸ਼ਨ ਵੀ ਰਹਿੰਦਾ ਕਿਉਂਕਿ ਜਿਵੇਂ ਐਨਸੀਬੀ ਦੇ ਵੱਲੋਂ ਦੱਸਿਆ ਗਿਆ, ਤੇ ਇਹ ਸਭ ਜੋ ਨੈਕਸਸ ਚੱਲ ਰਿਹਾ ਇਸ ਨੂੰ ਤੋੜਨ ਦੇ ਲਈ ਐਨਸੀਬੀ ਦੇ ਵੱਲੋਂ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵੱਲੋਂ ਇਹ ਪਲੈਨਿੰਗ ਕੀਤੀ ਗਈ ਹੈ ਕਿ ਜਿਹੜੇ ਇਹ ਖਤਰਨਾਕ ਡਰੱਗ ਤਸਕਰ ਨੇ ਜਿਨ੍ਹਾਂ ਤੇ ਦਰਜਨਾ ਕੇਸ ਨੇ, ਜਿਹੜੇ ਜੇਲ੍ਹਾਂ ਦੇ ਵਿੱਚ ਵੀ ਓਪਰੇਟ ਕਰਦੇ ਨੇ ਤੇ ਜੇਲ੍ਹਾਂ ਦੇ ਵਿੱਚ ਬੈਠ ਕੇ ਵੀ ਓਪਰੇਟ ਕਰਦੇ ਨੇ, ਉਹਨਾਂ ਨੂੰ ਹੁਣ ਬਾਹਰਲੀਆਂ ਸਟੇਟਸ ਦੀਆਂ ਜੇਲ੍ਹਾਂ ਦੇ ਵਿੱਚ ਭੇਜਿਆ ਜਾਏਗਾ ਤਾਂ ਜੋ ਇਹ ਨੈਕਸਸ ਜਿਹੜਾ ਇਹ ਤੋੜਿਆ ਜਾ ਸਕੇ।